ਦੋ ਖੰਭਿਆਂ ਨੂੰ ਤੋੜਦੀ ਹੋਈ ਇਨੋਵਾ ਕਾਰ ਜਾ ਵੱਜੀ। ਤੀਸਰੇ ਖੰਭੇ 'ਚ ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਕਾਰ ਪਹਿਲਾਂ ਦੋ ਖੰਭਿਆਂ ਨੂੰ ਤੋੜਦੀ ਹੈ ਅਤੇ ਫਿਰ ਤੀਸਰੇ ਦੇ ਵਿੱਚ ਜਾ ਵੱਜਦੀ ਹੈ, ਜਿਸ ਕਾਰਨ ਭਾਰੀ ਨੁਕਸਾਨ ਹੋ ਜਾਂਦਾ ਹੈ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਹਾਦਸਾ ਤੁਸੀਂ ਵੇਖ ਸਕਦੇ ਹੋ, ਜਿਸ ਕਾਰਨ ਬਿਜਲੀ ਵਿਭਾਗ ਦਾ ਵੀ ਭਾਰੀ ਨੁਕਸਾਨ ਹੋ ਗਿਆ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਤੇਜ਼ ਰਫ਼ਤਾਰ ਇਨੋਵਾ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ, ਜਿਸ ਕਾਰਨ ਬਿਜਲੀ ਵਿਭਾਗ ਦਾ ਭਾਰੀ ਨੁਕਸਾਨ ਦੱਸਿਆ ਜਾ ਰਿਹਾ, ਜਿਸ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਵੇਖ ਸਕਦੇ ਹੋ ਕਿ ਇੱਕ ਇਨੋਵਾ ਕਾਰ ਤੇਜ਼ ਰਫ਼ਤਾਰ ਆਉਂਦੀ ਹੈ, ਜੋ ਕਿ ਪਹਿਲਾਂ ਦੋ ਖੰਭਿਆਂ ਦੇ ਵਿੱਚ ਵੱਜਦੀ ਹੈ, ਫਿਰ ਤੀਸਰੇ ਦੇ ਵਿੱਚ ਜਾ ਵੱਜਦੀ ਹੈ, ਜਿਸ ਕਾਰਨ ਇਹ ਖੰਭੇ ਟੁੱਟ ਕੇ ਨੀਚੇ ਡਿੱਗ ਜਾਂਦੇ ਨੇ, ਜਿਸ ਕਾਰਨ ਆਸ ਪਾਸ ਦੇ ਇਲਾਕੇ ਦੇ ਵਿੱਚ ਬਿਜਲੀ ਵੀ ਚਲੀ ਜਾਂਦੀ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਬਿਜਲੀ ਵਿਭਾਗ ਨੂੰ ਲੱਗਦੀ ਹੈ ਅਤੇ ਉਹ ਮੌਕੇ ਦਾ ਜਾਇਜ਼ਾ ਲੈਣ ਪਹੁੰਚਦੇ ਨੇ ਅਤੇ ਉਹਨਾਂ ਨੇ ਦੱਸਿਆ ਕਿ ਲੱਖਾਂ ਦੇ ਕਰੀਬ ਇਹਨਾਂ ਦਾ ਇਸ ਦੇ ਵਿੱਚ ਨੁਕਸਾਨ ਹੋ ਗਿਆ, ਜਿਸ ਕਾਰਨ ਆਸ ਪਾਸ ਦੇ ਇਲਾਕੇ ਦੇ ਵਿੱਚ ਵੀ ਕਈ ਘੰਟਿਆਂ ਤੱਕ ਬਿਜਲੀ ਬੰਦ ਰਹਿੰਦੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਇਹ ਵੀ ਦੱਸਿਆ ਕਿ ਇਹ ਕਾਰ ਹੈ ਜਿਹੜੀ ਉਹ ਤੇਜ਼ ਰਫ਼ਤਾਰ ਸੀ ਅਤੇ ਨਸ਼ੇ ਦੇ ਵਿੱਚ ਇਸਦਾ ਚਾਲਕ, ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ। ਅਤੇ ਉਹਨਾਂ ਇਹ ਵੀ ਦੱਸਿਆ ਕਿ ਇਹ ਕਾਰ ਪਹਿਲਾਂ ਵੀ ਪਿੱਛੋਂ ਕਈ ਕਾਰਾਂ ਦਾ ਨੁਕਸਾਨ ਕਰਕੇ ਆਈ ਸੀ, ਜਿਸ ਤੋਂ ਬਾਅਦ ਇਹ ਖੰਭਿਆਂ ਦੇ ਵਿੱਚ ਜਾ ਵੱਜਦੀ ਹੈ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਹਰੀਦਾਸ ਜੀ, ਰਾਤ ਲੇਟ ਨਾਈਟ ਕਿਸੇ ਵਿਅਕਤੀ ਨੇ ਹਾਰਡ ਡਰੰਕ ਕੀਤੀ ਹੋਈ ਸੀ ਅਤੇ ਉਹਨੇ ਗੱਡੀ ਦੇ ਪਿੱਛੋਂ ਵੀ ਗੱਡੀਆਂ ਦਾ ਨੁਕਸਾਨ ਕਰਦਾ ਆਇਆ, ਇੱਥੇ ਦੋ ਤਿੰਨ ਪੋਲ ਤੋੜ ਕੇ ਚਲਾ ਗਿਆ ਜੀ। ਉਹ ਗੱਡੀ ਅਸੀਂ ਰਿਕਵਰ ਕਰ ਲਈ ਆ, ਉਹਦੇ 'ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ। ਕਿੰਨਾ ਕੁ ਨੁਕਸਾਨ ਹੋ ਗਿਆ ਅਤੇ ਨੁਕਸਾਨ ਮਹਿਕਮੇ ਦਾ ਘੱਟੋ ਘੱਟ 1 ਲੱਖ ਦਾ ਤਾਂ ਹੋਈ ਗਿਆ ਜੀ। ਜਾਨੀ ਨੁਕਸਾਨ ਬਿਲਕੁਲ ਹੋ ਸਕਦਾ ਸੀਗਾ, ਜਿੰਨਾ ਬੰਦਾ ਉਹ ਹਾਲ ਟਰੰਕਰ ਸੀ ਤਾਂ ਹੋ ਸਕਦੇ ਸੀ। ਇਹ ਤਾਂ ਸ਼ੁਕਰ ਹੈ ਕਿ ਗਨੀਮਤ ਆ ਕਿ ਰਾਤ ਦਾ ਸਮਾਂ ਜ਼ਿਆਦਾ ਸੀ, ਰੋਡ 'ਤੇ ਟ੍ਰੈਫਿਕ ਹੈ ਨਹੀਂ ਸੀ, ਇਸ ਕਰਕੇ ਕੁਝ ਬਚਾ ਗਿਆ, ਪੋਲ ਟੁੱਟ ਕੇ ਸਰ ਗਿਆ। ਰਾਤੀ 2 ਵਜੇ ਦਾ 2:30 ਵਜੇ ਦੇ ਕਰੀਬ ਟਾਈਮ ਸੀਗਾ, ਬਹੁਤ ਜ਼ਿਆਦਾ ਤੇਜ਼ ਇਨੋਵਾ ਗੱਡੀ ਆਈ ਇਧਰਲੀ ਸਾਈਡ ਤੋਂ ਆ ਕੇ ਦੋਨੋਂ ਖੰਭੇ ਆ ਪੱਟ ਤੇ ਤੀਜੇ ਖੰਭੇ ਦੇ ਵਿੱਚ ਜਾ ਕੇ ਗੱਡੀ ਵੱਜੀ। ਕੱਪੜੇ ਦੀ ਦੁਕਾਨ ਹੈ ਆਪਣੀ ਜੀ, ਖਾਲਸਾ ਸਿਲਕ ਸਟੋਰ। ਦਿਨ ਦਾ ਟਾਈਮ ਹੁੰਦਾ, ਪਹਿਲਾਂ ਤਾਂ ਗੱਡੀ ਇੰਨੀ ਤੇਜ਼ ਨਹੀਂ ਚੱਲਣੀ ਸੀ, ਜੇ ਇੰਨੀ ਤੇਜ਼ ਚੱਲਦੀ ਤਾਂ ਫਿਰ ਤਾਂ ਕੁਛ ਵੀ ਹੋ ਸਕਦਾ ਸੀ ਹਾਦਸਾ। ਬਿਜਲੀ ਵਾਲੇ ਹਾਂ ਆਏ ਹੋਏ ਆ ਜੀ, ਲੱਗੇ ਹੋਏ ਆ, ਦੁਬਾਰਾ ਖੰਭੇ ਸਾਰੇ ਪੱਟ ਕੇ ਇਨੋਵਾ ਗੱਡੀ ਸੀ ਜੀ, ਇਨੋਵਾ ਗੱਡੀ ਖਤਮ ਹੋ ਗਈ ਬਿਲਕੁਲ।